ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਪੰਜਾਬ ਅੱਡਾ 247 ਤੇ ਮੇਰਾ ਨਾਮ ਹੈ ਗਗਨ ਤੇ ਆਪਾਂ ਗੱਲ ਕਰਨ ਜਾ ਰਹੇ ਜੀ 7 ਬਾਰੇ ਹਾਂਜੀ ਗਰੁੱਪ ਆਫ 7 ਦੀ ਮੀਟਿੰਗ ਹੋਈ ਸੀ ਜਿਹੜੀ 48 ਗਰੁੱਪ ਆਫ 7 ਦੀ ਮੀਟਿੰਗ ਹੋਈ ਸੀ ਬਵਾਰੀਆ ਜਰਮਨੀ ਵਿੱਚ ਹੋਈ ਸੀ ਹਾਂ ਇਹ ਜਿਹੜਾ ਟੌਪਿਕ ਹੈ ਬਹੁਤ ਹੀ ਇੰਪੋਰਟੈਂਟ ਹੈ ਬਿਲਕੁਲ ਜ਼ਿਆਦਾ ਹੌਟ ਹੈ ਬਿਲਕੁਲ ਨਿਊਜ਼ ਵਿੱਚ ਆਂਦਾ ਯਾਰ ਬਿਲਕੁਲ ਖਬਰਾਂ ਵਿੱਚ ਆਂਦਾ ਹੈ ਹਰ ਪੇਪਰ ਵਿੱਚ ਪੁੱਛਿਆ ਜਾਊਗਾ ਇਹ ਕਿਉਂਕਿ ਦੇਖੋ ਇੱਧਰ ਜਿੱਥੇ ਜਿੱਥੇ ਇੰਡੀਆ ਨੂੰ ਬੁਲਾਇਆ ਗਿਆ ਹੈ ਉੱਥੇ-ਉੱਥੇ ਉਹ ਵਾਲੀ ਚੀਜ਼ਾਂ ਆਬਵੀਅਸਲੀ ਸਾਡੇ ਲਈ ਇੰਪ ਜੀ 7 ਹੋਵੇ ਜੀ 20 ਹੋਵੇ ਐਸ ਈਓ ਹੋਵੇ ਬ੍ਰਿਕਸ ਹੋਵੇ ਏਸ਼ੀਆਨ ਹੋਵੇ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ 48 ਜਿਹੜੀ ਜੀ 7 ਦੀ 2022 ਦੀ ਮੀਟਿੰਗ ਹੋਈ ਕਿੱਥੇ ਹੋਈ ਜਰਮਨੀ ਵਿੱਚ ਹੋਈ ਤਾਂ ਸ਼ੁਰੂਆਤ ਕਰਾਂਗੇ ਆਪਾਂ ਵੀ ਕਿਹੜੇ ਕਿਹੜੇ ਆ ਜੀ 7 ਹੈ ਕੀ ਉੱਥੇ ਕੀ ਸਟੈਪ ਚੱਕੇ ਗਏ ਤੇ ਇੰਡੀਆ ਦਾ ਕੀ ਉਹਦੇ ਵਿੱਚ ਕੀ ਨਾ ਆਪਣਾ ਕਹਿੰਦੇ ਆਪਾਂ ਸਿਗਨੀਫੀਕੈਂਸੀ ਹੈ ਇੰਡੀਆ ਲਈ ਤਾਂ ਉਹ ਸਭ ਆਪਾਂ ਗੱਲਾਂ ਕਰਾਂਗੇ ਤਾਂ ਉਹ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੈ ਹਿੰਦ ਜੈ ਸ਼੍ਰੀ ਰਾਮ ਹਰਰ ਮਾਧੇ ਮੇਰਾ ਨਾਂ ਹੈ ਗगन ਤਾਂ ਸ਼ੁਰੂ ਕਰਦੇ ਆਂ ਅੱਜ ਦੀ ਮੀਟਿੰਗ ਤਾਂ ਪਹਿਲੀ ਗੱਲ 48th ਮੀਟਿੰਗ ਸੀਗੀ G7 ਦੀ ਕਿੱਥੇ ਹੋਈ ਸੀ ਜਰਮਨੀ ਜਰਮਨੀ ਵਿੱਚ ਥਾਂ ਦਾ ਨਾਂ ਕੀ ਸੀ ਬਾਵਾਰੀਆ B A V A R I A ਉੱਥੇ ਸੀ ਇਹ ਰਹੇ ਜੀ ਇਹਨਾਂ ਦੇ ਚਾਂਸਲਰ ਨੇ ਓਲਾਫ ਸ਼ੋਲਜ਼ ਕੀ ਨਾ ਇਹਨਾਂ ਦਾ ਨਾਂ ਧਿਆਨ ਰੱਖਣਾ ਤੁਸੀਂ ਓਲਾਫ ਸ਼ੋਲਜ਼ ਹੁਣ ਐਂਜਲਾ ਮਰਕਲ ਨਹੀਂ ਰਹੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਾਫੀ ਜ਼ਿਆਦਾ ਬੱਚੇ ਨੂੰ ਹਜੇ ਤੱਕ ਕਨਫਿਊਜ਼ਨ ਰਹਿੰਦੀ ਹੈ ਤਾਂ ਇਹ ਰਹੇ ਓਲਾਫ ਸ਼ੋਲਜ਼ ਅ ਝੰਡੇ ਦੇਖ ਸਕਦੇ ਹੋ ਤੁਸੀਂ ਇੱਕ ਝੰਡਾ ਹੋਰ ਲੱਗਿਆ ਹੋਇਆ ਤਾਂ ਜੀ 7 ਦਾ ਇੱਕ ਲੱਗਿਆ ਯੂਰੋਪੀਅਨ ਯੂਨੀਅਨ ਦਾ ਤਾਂ ਜਦੋਂ ਵੀ ਜੀ 7 ਦਾ ਮੀਟਿੰਗ ਹੁੰਦਾ ਜਿਹੜੀ ਸੱਤ ਕੰਟਰੀਆਂ ਨੇ ਉਹ ਤਾਂ ਆਉਂਗੇ ਹੀ ਆਉਂਗੇ ਆ ਤੇ ਇੱਕ ਅੱਠਵੀਂ ਯੂਰੋਪੀਅਨ ਯੂਨੀਅਨ ਵੀ ਬੁਲਾਇਆ ਜਾਂਦਾ ਹੈ ਹਮੇਸ਼ਾ ਹੀ ਤਾਂ ਇਹਨਾਂ ਬਾਰੇ ਸ਼ੁਰੂ ਕਰਦੇ ਆਪਾਂ ਤਾਂ ਪਹਿਲਾ ਵਰਲਡ ਇਕਨੋਮਿਕ ਸਮਿਟ ਜਿਹੜਾ ਕਿ ਬਾਅਦ ਚ ਜਾ ਕੇ ਜੀ7 ਬਣ ਗਿਆ ਇਹਨੂੰ ਸ਼ੁਰੂਆਤ ਕੀਤੀ ਗਈ ਸੀ 1975 ਵਿੱਚ ਬਾਏ ਫਾਰਮਰ ਫ੍ਰੈਂਚ ਪ੍ਰੈਜ਼ੀਡੈਂਟ ਨਾ ਕਿ ਉਹਨਾਂ ਦਾ ਵੈਲੇਰੀ ਜਿਸਕਾਡ ਡੈਸਟੈਂਡ ਤੇ ਨਾਲ ਨਾਲ ਐਂਡ THEN ਫੈਡਰਲ ਚਾਂਸਲਰ ਯਾਨੀ ਕਿ ਜਰਮਨੀ ਦੇ ਚਾਂਸਲਰ ਕੌਣ ਹੈਲਮਰਟ ਸ਼ਮਿਟ ਤਾਂ ਜੀ 1975 ਵਿੱਚ ਇੱਕ ਵਰਲਡ ਇਕਨੋਮਿਕ ਇਕਨੋਮਿਕ ਸਮਿਟ ਦੇ ਨਾਂ ਤੋਂ ਸ਼ੁਰੂ ਕੀਤਾ ਸੀ ਉਸ ਟਾਈਮ ਸਿਰਫ 6 ਕੰਟਰੀਆਂ ਸੀਗੀਆਂ ਕੈਨੇਡਾ ਇਹਦੇ ਵਿੱਚ ਨਹੀਂ ਸੀ 6 ਕੰਟਰੀਆਂ ਕਿਹੜੀਆਂ ਜਰਮਨੀ ਫ੍ਰਾਂਸ ਯੂਕੇ ਇਟਲੀ ਜਾਪਾਨ ਤੇ ਯੂਐਸਏ ਉਸ ਟਾਈਮ ਸਿਰਫ 6 ਹੁੰਦੀ ਸੀ ਗਰੁੱਪ ਆਫ 6 ठीक है मेट फॉर अ फायर साइड चैट एट द दैट्यू डी रैम बुलेट इन फ्रांस फ्रांस में पहली मीटिंग हुई सी वर्ल्ड इकोनॉमिक समिट की नाइनटीन सैवंटी फाइव उस टाइम सिर्फ छे कंट्रिया होंगी सह जी सिक्स ठीक है ਉਹ ਤੋਂ ਬਾਅਦ ਕੈਨੇਡਾ ਕਦੋਂ ਐਡ ਹੋਇਆ ਉਹ ਤੋਂ ਬਾਅਦ ਕੈਨੇਡਾ ਵਾਸ ਇਨਵਾਈਟਡ ਟੂ ਜੁਆਇਨ ਇਨ 1976 ਅਗਲੇ ਸਾਲ ਹੀ ਤੇ ਫਿਰ ਇਹ ਪਹਿਲੀ ਵਾਰੀ ਐਜ਼ ਗਰੁੱਪ ਆਫ 7 ਮਿਲੇ ਕਦੋਂ 1976 ਵਿੱਚ ਪੋਇਟੋ ਰੀਕੋਵਿਚ ਪੇਪਰ ਤੁਹਾਡੇ ਕੋਲ ਪੁੱਛਿਆ ਜਾ ਸਕਦਾ ਕਿ ਪਹਿਲੀ ਵਾਰੀ ਐਜ਼ ਜੀ7 ਕਦੋਂ ਮਿਲਿਆ ਤਾਂ ਪਹਿਲੀ ਵਾਰੀ ਐਜ਼ ਜੀ7 ਮਿਲੇ 1976 ਪੋਇਟੋ ਰੀਕੋਵਿਚ ਬਟ ਵੈਸੇ ਇਹ ਪਹਿਲੀ ਵਾਰੀ ਕਦੋਂ ਮਿਲੇ ਸੀ ਕਿ ਵਰਲਡ ਇਕਨੋਮਿਕ ਸਮਿਟ ਦੇ ਨਾਮ ਤੋਂ 1975 ਇਹ 6 ਕੰਟਰੀਜ਼ ਮਿਲਿਆ ਸੀ ਗਿਆ ਚੈਟਿਊ ਕਿੱਥੇ ਨਾ ਚੈਟਿਊ ਦੀ ਰੈਂਬੁਲੇਟ ਫਰਾਂਸ ਵਿੱਚ ਠੀਕ ਹੈ ਚਲੋ ਤਾਂ ਬਲੌਕ ਮੀਟਸ ਐਨਵਲੀ ਹਰ ਸਾਲ ਮਿਲਦੇ ਨੇ ਤੇ ਇਸ਼ੂ ਕਰਦੇ ਨੇ ਡਿਸਕ ਜਿਹੜੇ ਕਾਮਨ ਇੰਟਰਸਟ ਦੇ ਨੇ ਜਿੱਦਾਂ ਕਿ ਗਲੋਬਲ ਇਕਨੋਮਿਕ ਗਵਰਨੈਂਸ ਇੰਟਰਨੈਸ਼ਨਲ ਸਿਕਿਉਰਿਟੀ એનર્ਜੀ ਪਾਲਿਸੀ ਜੋੜੇ ਵੀ ਇਸ ਟਾਈਮ ਹੌਟ ਟਾਪਿਕ ਚੱਲੇ ਹੋਏ ਨੇ ਹੈਨਾ ਉਹਨਾਂ ਬਾਰੇ ਹਰ ਟਾਪਿਕ ਤੇ ਗੱਲਾਂ ਕਰਦੇ ਨੇ ਤੇ ਰਸ਼ੀਆ ਯੂਕਰੇਨ ਬਹੁਤ ਹੀ ਵੱਡਾ ਟਾਪਿਕ ਸੀ ਇਸ ਵਾਰ ਤਾਂ ਇਹ ਨੇ ਜੀ ਸਾਰਤ ਕੰਟਰੀਆਂ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਨੇ ਜਾਪਾਨ ਜਰਮਨੀ ਇਟਲੀ ਫਰਾਂਸ ਯੂਕੇ ਕੈਨੇਡਾ ਤੇ ਯੂਐਸਏ ਤਾਂ ਜੀ ਇਹ ਸੀਗੀਆਂ ਇਹ ਹੈਗੀਆਂ ਕੀ ਹੈਗੀਆਂ ਇਹ ਹੈ ਜੀ ਪੰਜ ਸੱਤ ਕੰਟਰੀਆਂ ਤਾਂ ਜੀ 7 ਦਾ ਕੋਈ ଫਾਰਮਲ ਚਾਰਟਰ ਹੈ ਸੈਕਟਰੀਟ ਨਹੀਂ ਹੈ ਕੋਈ ਪੁੱਛੇ ਤਾਂ ਪ੍ਰਧਾਨ ਕੌਣ ਹੈ ਇਹਦਾ ਸੈਕਟਰੀਟ ਕਿੱਥੇ ਹੈ ਬਿਲਡਿੰਗ ਕਿੱਥੇ ਹੈ ਕੁਝ ਨਹੀਂ ਇਹੋ ਜਿਹਾ ਠੀਕ ਹੈ ਪ੍ਰੈਜ਼ੀਡੈਂਸੀ ਜਿਹੜੀ ਹੁੰਦੀ ਹੈ ਆਪਣੇ ਆਪ ਹੀ ਰੋਟੇਟ ਹੁੰਦੀ ਜਾਂਦੀ ਹੈ ਹਰ ਸਾਲ ਤੇ ਜਿਹਦੇ ਕੋਲ ਪ੍ਰੈਜ਼ੀਡੈਂਸੀ ਹੁੰਦੀ ਹੈ ਉਸ ਸਾਲ ਦਾ এজেন্ডਾ ਸੈੱਟ ਕਰਦਾ ਮਤਲਬ ਕਿ ਉਸ ਸਾਲ ਦਾ ਮੰਨ ਲਓ ਤੁਸੀਂ ਥੀਮ ਟੌਪਿਕ ਸੈੱਟ ਕਰਦਾ ਕਿ ਆਪਾਂ ਕਿਸ ਬਾਰੇ ਗੱਲ ਕਰਨ ਜਾ ਰਹੇ ਤੇ ਇਸ ਸਾਲ ਪ੍ਰਧਾਨ ਕਿਹਦੇ ਕੋਲ ਹੈ ਜਰਮਨੀ ਕੋਲ ਇੱਕ ਹੋਰ ਇੰਪੋਰਟੈਂਟ ਅਗਲੇ ਸਾਲ ਕਿਹਦੇ ਕੋਲ ਹੈ ਪ੍ਰਧਾਨਗੀ ਜਾਪਾਨ ਕੋਲ ਤਾਂ ਐਜ਼ ਆਫ 2022 G7 ਦੀ ਕੰਟਰੀ ਹੈ 10% ਦੁਨੀਆ ਦੀ ਪੋਪੂਲੇਸ਼ਨ ਹੈ 31% ਆਫ ਵਰਲਡ ਦੀ ਜੀਡੀਪੀ ਤੇ 21% ਆਫ ਗਲੋਬਲ ਕਾਰਬਨ ਡਾਈਆਕਸਾਈਡ ਐਮਿਸ਼ਨਸ ਅਕੋਰਡਿੰਗ ਟੂ ਦਾ ਸਮਿਟ ਦੀ ਵੈਬਸਾਈਟ G7 ਦੀ ਜਿਹੜੀ ਆਪਣੀ ਵੈਬਸਾਈਟ ਹੈ ਉਹਦੇ ਹਿਸਾਬ ਨਾਲ ਇਹ ਸਾਰਾ ਡਾਟਾ ਤੁਹਾਡੇ ਸਾਹਮਣੇ ਹੈ ਸਿੰਸ ਦਾ ਓਟਾਵਾ ਸਮਿਟ ਇਨ 1981 ਜਿੱਦਾਂ ਮੈਂ ਕਿਹਾ ਸੱਤ ਛੰਡੇ ਸੀ ਕਿ ਅੱਠਵਾਂ ਛੰਡਾ ਸੀਗਾ ਯੂਰੋਪੀਅਨ ਯੂਨੀਅਨ ਦਾ ਤਾਂ ਸਿੰਸ ਦਾ 1981 ਦਾ ਸਮਿਟ ਓਟਾਵਾ ਜਾਪਾਨ ਵਿੱਚ ਯੂਰੋਪੀਅਨ ਕਮਿਊਨਿਟੀ ਜਿਹੜਾ ਕਿ ਹੁਣ ਯੂਰੋਪੀਅਨ ਯੂਨੀਅਨ ਹੈ ਹੁਣ ਰੈਗੂਲਰਲੀ ਪਾਰਟਿਸਿਪੇਟ ਕਰਦਾ ਹੈ ਇਨ 올 ਵਰਕਿੰਗ ਸੈਸ਼ਨਸ ਤਾਂ ਜੀ ਸੱਤ ਕੰਟਰੀਜ਼ ਜਿਹੜੀ ਨੇ ਸਾਰੀ ਉਹ ਸੀ 7 ਤੇ ਨਾਲ-ਨਾਲ 8ਵਾਂ ਕਿਹੜਾ ਯੂਰੋਪੀਅਨ ਯੂਨੀਅਨ ਹਮੇਸ਼ਾ ਤੋਂ ਪਾਰਟਿਸਿਪੇਟ ਨਹੀਂ ਕਰਦਾ ਰਿਹਾ ਆਪਰਸ਼ਾਤ ਉਹਨੇ ਕਦੋਂ ਤੋਂ ਪਾਰਟਿਸਿਪੇਟ ਕਰਨਾ ਸ਼ੁਰੂ ਕੀਤਾ ਓਟਾਵਾ ਸਮਿਟ मैं जापान क्या क्या शायद मैं कैनेडा जापान कि मैं, मैं? दिमाग निकल गया कैपिटल है कैनेडा दटावा सॉरी सॉरी ओटावा जो समिट होनेडा ठीक है चलो फिर इन टू थाउजेंड ट्वेंटी टू मैंका कंफ्यूज हो गया एक्चुअली ਤਾਂ ਇਨ 2022 ਜਰਮਨੀ ਹੈਲਡ ਦਾ ਪ੍ਰੈਜ਼ੀਡੈਂਸੀ ਇਸ ਸਾਲ ਦੀ ਗੱਲ ਹੋ ਰਹੀ ਆਫ ਦਾ G7 ਫॉर ਦਾ ਸੱਤਵੀਂ ਵਾਰ ਸੈਵਨਥ ਟਾਈਮ ਪ੍ਰੈਜ਼ੀਡੈਂਸੀ ਰੱਖੀ ਹੈ ਤਾਂ G7 ਹੈਡਸ ਆਫ ਸਟੇਟ ਐਂਡ ਗਵਰਨਮੈਂਟ ਮੈਟ ਐਟ ਸਕੋਲਸ ਐਲਮਾਉ ਇਨ ਦਾ ਵੈਟਰ ਸਟੀਨ ਮਾਉਂਟੇਨਸ ਆਫ ਅਪਰ ਬਵਾਰੀਆ ਫਰਮ 26 ਤੋਂ 28 ਜੂਨ 2022 ਹਾਂ ਜੀ 7ਵੀਂ ਵਾਰ ਦੇਖੋ ਇਸ ਵੀਡੀਓ ਚ ਤੁਹਾਨੂੰ G7 ਬਾਰੇ ਸਾਰੀ ਨੌਲੇਜ ਮਿਲ ਚੁੱਕੀ ਹੈ ਕਿੱਦਾਂ ਬਣਿਆ ਸੀ ਪਹਿਲਾਂ 6 ਸੀਗੇ ਫਿਰ 7 ਸੀਗੇ ਫਿਰ ਯੂਰੋਪੀਅਨ ਕਮਿਊਨਿਟੀ ਕਦੋਂ ਆਈ ਇਸ ਵਾਰ ਪ੍ਰਧਾਨਗੀ ਕਿੱਥੇ ਇਸ ਵਾਰ ਕਿੱਥੇ ਹੋ ਰਿਹਾ ਹੈ ਕਿੰਨੀ ਵਾਰ ਪ੍ਰਧਾਨਗੀ ਹੈ ਇੱਕ ਇੱਕ ਸਵਾਲ ਤੁਹਾਡੇ PPSC ਤੇ PTRPLS ਵੀ ਪੇਪਰ ਵਾਲੀ ਇਸ ਵੀਡੀਓ ਦਾ ਤੁਹਾਡਾ ਬਣ ਜੂਗਾ G7 ਤੁਹਾਨੂੰ ਇਹ ਤੋਂ ਬਾਅਦ ਕਰਨ ਦੀ ਲੋੜ ਨਹੀਂ ਪੈਣੀ ਕਿੱਥੇ ਹੋਇਆ ਅਪਰ ਬਵਾਰੀਆ ਚ ਹੋਇਆ ਜਰਮਨੀ ਦੀ ਗੱਲ ਹੋ ਰਹੀ ਹੈ ਸਾਰੀ ਠੀਕ ਹੈ ਇਹਦੇ ਵਿੱਚ ਦੇਖੋ ਪੰਜ ਇਹ ਪੁਆਇੰਟ ਸੀਗੇ ਇਸ ਵਾਰੀ ਜਰਮਨੀ ਦੇ ਤਾਂ ਦੇਖੋ ðiis are the five major goals of germany the g7 presidency ਜਿੱਦਾਂ ਆਪਾਂ ਦੱਸਿਆ ਸੀ ਕਿ ਜਿਹੜੀ ਵੀ ਜਿਹਦੇ ਕੋਲ ਵੀ ਪ੍ਰੈਜ਼ੀਡੈਂਸੀ ਹੁੰਦੀ ਹੈ ਉਹੀ ਉਸ ਸਾਲ ਦਾ ਗੋਲ ਸੈੱਟ ਕਰਦਾ ਹੈ ਇਸ ਸਾਲ ਦੇ ਗੋਲ ਕੀ ਸੀਗੇ स्ट्रोंग अलायंस फॉर अ सस्टेनेबल पलैनटा जी सस्टेनेबल पलैनट ब पलैनट बनया रहे अगे जीण लीण जोगे रहिए ठीक है वो सस्टेनेबल चलता रहे प्लैनट है ना ज्यादा पोल्यूशन भी ना हो सब कुछ ठीक ठाक चलता रहे सैटिंग द कोर्स फॉर इकोनमिक स्टेबिलिटी एंड ट्रांसफॉर्मेशन इकोनमिक स्टेबिलिटी देखो बहुत इंपॉर्टेंट है आप जिनी भी गल कर लिए खुशहाली आऊगी देखो इन द एंड एकोनमी तो पैसा तो चाहिए ही चाहता है वेद बारे गल की है एनहेंस प्रिपेयरनैस फॉर हैल्दी लाइफ तीन कोविड नाइनटीन बारे गल हुई है इतनी ਤਾਂ ਵੀ ਇਹੋ ਜੀਆਂ ਬਿਮਾਰੀਆਂ ਤੋਂ ਬਚੇ ਤਾਂ ਕਿ ਹੈਲਥ ਸਾਡੀ ਵਧੀਆ ਰਹੇ ਹੁਣ ਕੋਵਿਡ-19 ਜੀ ਜ਼ਿਆਦਾ ਫੜੇ ਕੌਣਗੇ ਜਿਨ੍ਹਾਂ ਦਾ ਲਾਈਫਸਟਾਈਲ ਹੈਲਦੀ ਨਹੀਂ ਸੀ ਉਹਨਾਂ ਨੂੰ ਤਾਂ ਪਿੱਛੋਂ ਫੜ ਲਿਆ ਨਾ ਕੋਵਿਡ-19 ਨੇ ਆ ਕੇ ਤਾਂ ਉਹ ਸਸਟੇਨੇਬਲ ਇਨਵੈਸਟਮੈਂਟ ਇਨ ਅ ਬੈਟਰ ਫਿਚਰ ਉਹੀ ਗੱਲ ਹੈ ਆਪਣੀ ਜਿਹੜੀ ਅੱਜ ਦੀ ਹਰਕਤਾਂ ਨੇ ਉਹਨੂੰ ਸੁਧਾਰੋਗੇ ਤਾਂ ਹੀ ਸਾਡਾ ਫਿਊਚਰ ਸਿਕਿਉਰ ਹੋਗਾ ਉਹਦੇ ਬਾਰੇ ਗੱਲ ਕੀਤੀ ਹੈ ਤੇ ਸਟਰੋਂਗਰ ਟੁਗੇਦਰ ਵੀ ਜਿੰਨਾ ਇਕੱਠੇ ਰਹੀਏ ਜਿੰਨਾ ਨਾਲ ਰਹੋਗੇ ਉਨਾ ਹੀ ਸਾਡਾ ਫਿਊਚਰ ਸਾਡੇ ਲਈ ਵਧੀਆ ਹੈ ਤਾਂ ਇਹ ਪੰਜ ਪੁਆਇੰਟ ਸੀਗੇ ਇਸ ਵਾਰ ਜਰਮਨੀ ਦੀ ਪ੍ਰੈਜ਼ੀਡੈਂਸੀ ਦੇ ਤੁਹਾਡੇ ਕੋਲ ਪੀਪੀਐਸਸੀ ਪੇਪਰ ਵਿੱਚ ਪੁਆਇੰਟਰ ਦੇ ਹਿਸਾਬ ਨਾਲ ਆ ਸਕਦਾ ਹੈ ਤਿੰਨ ਇਹਨਾਂ ਵਿੱਚੋਂ ਪੁਆਇੰਟਸ ਦੇ ਦੋਗੇ ਤੇ ਇੱਕ ਕੋਈ ਬਾਹਰਲਾ ਪੁਆਇੰਟ ਦੇ ਦੋਗੇ ਤਾਂ ਤੁਹਾਡੇ ਕੋਲ ਪੁੱਛੋ ਕਿ ਬਈ ਦੱਸੋ ਕਿਹੜਾ ਇਹਦੇ ਵਿੱਚੋਂ ਸਹੀ ਹੈ ਚਲੋ ਉਹੀ ਗੱਲ ਆਪਾਂ ਦੱਸ ਚੁੱਕਾ ਜੀ ਤੁਹਾਨੂੰ ਮੈਂ ਜਪਾਨ ਇਜ਼ ਡਿਊ ਟੂ ਟੇਕ ਠੀਕ ਹੈ 2023 ਕੋਲ ਜਰਮਨੀ ਕੋਡ ਤਾਂ ਪੰਜ ਕੰਟਰੀਜ਼ ਇਸ ਵਾਰੀ ਬੁਲਾਈ ਸੀਗੀਆਂ ਤਾਂ ਜਿਹੜੀ ਇਹ ਇਨਵਾਈਟਸ ਆਏ ਸੀਗੇ ਇਹ ਐਦਾਂ ਨਹੀਂ ਹੈ ਕਿ ਜੀ7 ਨੇ ਬੁਲਾਈ ਸੀ ਨਹੀਂ ਤਾਂ ਜਰਮਨੀ ਦੇ ਜਿਹੜੇ ਚਾਂਸਲਰ ਨੇ ਓਲਾਫ ਸ਼ੋਲ ਤਾਂ ਜੀ ਮੋਦੀ ਜੀ ਉਹ ਤੋਂ ਪਹਿਲਾਂ ਮਾਰਚ ਅਪ੍ਰੈਲ ਦੀ ਗੱਲ ਹੈ ਉਹ ਗਏ ਸੀਗੇ ਗੇੜੀ ਮਾਰਨ ਯੂਰਪ ਨੂੰ ਜਰਮਨੀ ਫਰਾਂਸ ਨੂੰ ਮਿਲ ਕੇ ਆਏ ਸੀਗੇ ਤਾਂ ਉਧਰ ਦੇ ਚਾਂਸਲਰ ਓਲਾਫ ਸ਼ੋਲ ਨੇ ਬੁਲਾਈ ਸੀ ਇੰਡੀਆ ਦੇ ਨਾਲ ਨਾਲ ਪੰਜ ਕੰਟਰੀ ਨੇ ਟੋਟਲ ਪੰਜ ਕੰਟਰੀਜ਼ ਅਰਜਨਟੀਨਾ ਸੈਨੇਗਲ ਸਾਊਥ ਅਫਰੀਕਾ ਇੰਡੀਆ ਤੇ ਇੰਡੋਨੇਸ਼ੀਆ ਇਹ ਮੈਪ ਦੇ ਉੱਤੇ ਦੇਖ ਸਕਦੇ ਹੋ ਅਰਜਨਟੀਨਾ ਸਾਊਥ ਅਮਰੀਕਾ ਵਿੱਚ ਪੈਂਦਾ ਹੈ ਸੈਨੇਗਲ ਤੇ ਸਾਊਥ ਅਫਰੀਕਾ ਅਫਰੀਕਾ ਵਿੱਚ ਇੰਡੀਆ ਤੇ ਇੰਡੋਨੇਸ਼ੀਆ ਏਸ਼ੀਆ ਵਿੱਚ ਪੈਂਦਾ ਤਾਂ ਇਹ ਪੰਜ ਕੰਟਰੀ ਸੀਗੀਆਂ ਸੱਤ ਕੰਟਰੀ G7 ਦੀ ਯੂਰੋਪੀਅਨ ਯੂਨੀਅਨ ਫਿਰ ਨਾਲ ਨਾਲ WHO ਦੇ ਪ੍ਰਧਾਨ ITO ਦੇ ਪ੍ਰਧਾਨ ਇੰਟਰਨੈਸ਼ਨਲ WTO ਦੇ ਸੌਰੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਪ੍ਰਧਾਨ ਉਹ ਸਾਰੇ ਵੀ ਆਏ ਹੋਏ ਸੀ ਮਤਲਬ ਕਿ ਵਰਲਡ ਦੀ ਵੱਡੀ ਵੱਡੀ ਡਿਗਨੇਟਰੀਜ਼ ਉੱਥੇ ਆਈ ਹੋਈ ਸੀ ਕਿਤੇ ਬਵਾਰੀਆ ਜਰਮਨੀ ਵਿੱਚ ਇਹ ਰਹੇ ਜੀ ਮੋਦੀ ਜੀ ਗੱਲਬਾਤ ਮਾਰਦੇ ਹੋਏ ਤਾਂ ਜੀ ਇਹ ਰਹੇ ਜੀ ਬਾਰਿਸ਼ ਜੌਨਸਨ ਭਾਜੀ ਇਹ ਨੇ ਜੀ 올ਾਫ ਸ਼ੋਲਸ ਭਾਜੀ ਇਹ ਨੇ ਜੀ ਜਸਟਨ ਟਰੂਡੋ ਤਾਂ ਇਹ ਅਰਸਲਾ ਪੈਨ ਜੀ ਅਰਸਲਾ ਪੈਨ ਜੀ ਕੌਣ ਨੇ ਇਹ ਸੀ ਇਹ ਨੇ ਯੂਰੋਪੀਅਨ ਕਮਿਸ਼ਨ ਦੀ ਯੂਰੋਪੀਅਨ ਯੂਨੀਅਨ ਦੀ ਹੈਡ ਹੈ ਜਿਹੜੀ ਜਿਹੜੀ ਕਿ ਸਾਰ ਆਈ ਸੀ 7th ਰਾਈਸ ਇਨਾਂ ਸਮਿਟ ਹੋਇਆ ਸੀਗਾ ਜਿਹੜਾ 2016 ਤੋਂ ਸਟਾਰਟ ਹੋਇਆ ਨੈਪਟੂਨ ਦੇ ਪੇਪਰ ਚ ਆ ਚੁੱਕਾ ਹੈ ਇਹ ਉਹ ਨੇ ਤਾਂ ਇਹ ਤੁਸੀਂ ਦੇਖ ਸਕਦੇ ਹੋ ਫੋਟੋ ਮੋਦੀ ਜੀ ਗੱਲਬਾਤ ਕਰਦੇ ਹੋਏ ਤੇ ਇਹ ਰਹੀ ਇਹਨਾਂ ਸਾਰਿਆਂ ਦੀ ਗਰੁੱਪ ਫੋਟੋ ਇਹਨੇ ਲੋਕ ਹੀ ਆਏ ਸੀਗੇ ਸਾਰੇ ਠੀਕ ਹੈ ਸਤ ਉਹ ਸਾਰੇ ਮੋਦੀ ਜੀ ਖੜੇ ਟਰੂਡੋ ਭਾਜੀ ਨਾਲ ਖੜੇ ਤੇ ਹੋਰ ਵੀ ਬਾਕੀ ਆ ਦੇਖੋ ਟੈਡਰੋਸ ਭਾਜੀ ਟੈਡਰੋਸ ਅਧਨਾਮ ਜਿਹਨੂੰ ਨਿਕਨੇਮ ਦਿੱਤਾ ਸੀ ਮੋਦੀ ਜੀ ਨੇ ਕੀ ਤੁਲਸੀ ਭਾਈ ਤਾਂ ਇਹ ਸਾਰੇ ਖੜੇ ਨੇ ਠੀਕ ਹੈ हूँ हाईलाइट्स एड्ड की कुछ सका एक चीज़ एक जिन कहा गया पी जी आई आई ए जी सैवन ने अनाउंस की कलैक्टिव मोबिलाइजेशन ऑफ छे सौ बियन डॉलर कहना आप्ठे रल के छे सौ बियनियन डॉलर लाऊंगे दो हज़ार सताई तक अंडर पार्टनरशिप फॉर ग्लोबल इंफ्रास्ट्रक्चर एंड इनवैसमेंट का टू डिलवर गेम चेंजिंग एंड ट्रांसपेरेंट इंफ्रास्ट्रक्चर प्रोडक्ट्स टू डेवलपिंग एंड मिडल इनकम कंट्रीज़ जी डेवलपिंग कंट्रज ने जो को पैसे ने लो इनकम नहीं मिडल इनकम ठीक है पेपर सवाल आ इनकम नहीं है मिडल इनकम कंट्रीज के है इतने तो मिडल इनकम कंट्रीज थे डेवलपिंग कंट्रीज कंट्री भी आप इंफ्रास्ट्रक्चर प्रोजेक्ट बनाओगे बड़े बड़े जो भी बनाना आना इन्ह ने तो छे सौ बियन डॉलर लाने इन्होंने दो हज़ार सताई के अंडर किंडर पार्टनरशिप फॉर ग्लोबल इंफ्रास्ट्रक्चर एंड इनवैसमेंट एक गल, ए। गल ए। है दूजी गल लाइफ कैंपेन यह साढ़े इंपॉर्टेंट हो जाता है तो इंडियन प्राइम मिनिस्टर हाईलाइटेड ग्लोबल इनिशिएटिव फॉर लाइफ लाइफ स्टाइल फॉर एनवायरमेंट कैंपेन द गोल ऑफ दिस कैंपेन इज टू एनक्रेज एन ईको फ्रेंडली लाइफ स्टाइल ਵੀ ਆਪਣਾ ਲਾਈਫ ਸਟਾਈਲ ਸੁਧਾਰੋ ਜਿੱਦਾਂ ਕਿ ਇੰਡੀਆ ਵਿੱਚ ਤੁਹਾਨੂੰ ਪਤਾ ਹੈ 1 ਜੁਲਾਈ ਤੋਂ ਜਿਹੜਾ ਸਿੰਗਲ ਯੂਜ਼ ਪਲਾਸਟਿਕ ਜਿੱਦਾਂ ਕਿ ਪਲਾਸਟਿਕ ਸਟ੍ਰਾਜ਼ ਵਗੈਰਾ ਹੋ ਗਿਆ ਬੰਦ ਹੋ ਚੁੱਕਿਆ ਨੇ ਉਹਦੇ ਲਈ ਕਿਹਾ ਹੈ ਨਾ ਆਪਾਂ ਲਾਈਫ ਕੈਂਪੇਨ ਤਾਂ ਚੱਲਦੇ ਆ ਵੀ ਆਪਾਂ ਇਕੋ ਫ੍ਰੈਂਡਲੀ ਲਾਈਫ ਸਟਾਈਲ ਬਣਾਈਏ এনवायरमेंट ਨੂੰ ਵੀ ਸਾਫ਼ ਰੱਖੀਏ ਆਪਣੇ ਆਪ ਵੀ ਸਾਫ਼ ਸੁਥਰਾ ਰਹੀਏ ਇਹ ਸਭ ਗੱਲ ਤੇ ਇੰਡੀਅਨ ਪ੍ਰਾਈਮ ਮਿਨਿਸਟਰ ਨੇ ਇਨਵਾਈਟ ਕੀਤਾ G7 ਨੇਸ਼ਨ ਨੂੰ ਟੈਪ ਇਨਟੂ ਦਾ ਹਿਊਜ ਮਾਰਕੀਟ ਫਾਰ ਕਲੀਨ એનર્ਜੀ ਟੈਕਨੋਲੋਜੀਜ਼ ਇਮਰਜਿੰਗ ਇਨ ਦਾ ਕੰਟਰੀ ਹੁਣ ਕਲੀਨ એનર્ਜੀ ਟੈਕਨੋਲੋਜੀ ਕੀ ਹੁੰਦੀ ਹੈ ਇਹ ਹੁੰਦੀ ਹੈ ਤਾਂ ਕੋਈ ਵੀ ਪ੍ਰੋਸੈਸ ਕੋਈ ਵੀ ਪ੍ਰੋਡਕਟ ਕੋਈ ਵੀ ਤਰ੍ਹਾਂ ਦੀ ਸਰਵਿਸ ਜਿਹੜੀ ਕਿ ਰਿਡਿਊਸ ਕਰਦੀ ਹੈ ਕੋਈ ਨੈਗੇਟਿਵ এনਵਾਇਰਨਮੈਂਟਲ ਇੰਪੈਕਟ ਤੇ ਹੁਣ ਅਸੀਂ ਪੱਠੇ ਜਲਾ ਰਹੇ ਹਾਂ ਨਾ ਕੋਲਾ ਫੂਕ ਰਹੇ ਧੂਆ ਕਿੰਨਾ ਕਰਦਾ ਉਹਦੇ ਤੋਂ ਆਪਾਂ ਐਲਪੀਜੀ ਯੂਜ਼ ਕਰਨੇ ਆ ਇੱਕ ਐਗਜ਼ਾਮਪਲ ਦੇ ਰਿਹਾ ਮੈਂ ਕੋਈ ਵੀ ਸਰਵਿਸ ਕੋਈ ਵੀ ਪ੍ਰੋਡਕਟ ਕੋਈ ਵੀ ਪ੍ਰੋਸੈਸ ਜਿੱਤੋਂ 네ਗੇਟਿਵ এনਵਾਇਰਨਮੈਂਟਲ ਇੰਪੈਕਟ ਹੋਵੇ ਕ੍ਰੂ ਸਿਗਨੀਫੀਕੈਂਟ એનર્ਜੀ ਐਫੀਸ਼ੀਐਂਸੀ ਇੰਪਰੂਵਮੈਂਟ ਹੋ ਰਹੀ ਹੈ ਉਹ ਤੋਂ ਜਿਹੜੇ ਸਸਟੇਨੇਬਲ ਵਧੀਆ ਤਰੀਕੇ ਨਾਲ ਅਸੀਂ ਯੂਜ਼ ਕਰ ਰਹੇ ਰਿਸੋਰਸਸ ਦਾ ਤੇ এনवायरमेंट ਪ੍ਰੋਟੈਕਟ ਹੋ ਰਿਹਾ ਸਿੱਧੀ ਜੀ ਗੱਲ ਹੈ ਕਿ ਅਸੀਂ ਲੱਕੜ બાળ ਰਹੇ ਹਾਂ ਨਾ ਗੋਹੇ 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 ਪਾਗੇ ਨਾ ਧੂਆਂ ਬੜੀ ਵਧੀਆ ਧੂਆਂ ਹੋ ਰਿਹਾ ਇੱਕ ਥਾਂ ਤੇ ਆਪਾਂ ਐਲਪੀਜੀ ਯੂਜ਼ ਕਰ ਰਹੇ ਤੇ ਤੀਜੀ ਥਾਂ ਤੇ ਆਪਾਂ ਕੀ ਕਰ ਰਹੇ ਹਾਂ ਤੀਜੀ ਥਾਂ ਤੇ ਆਪਾਂ ਇੰਡਕਸ਼ਨ ਯੂਜ਼ ਕਰ ਰਹੇ ਹਾਂ ਤਾਂ ਫਰਕ ਹੋ ਗਿਆ ਨਾ এনवायरमेंट ਦਾ ਘੱਟ ਹੈ ਨਾ ਉਧਰ ਧੂਆਂ ਉੱਡ ਗਿਆ ਐਲਪੀਜੀ ਤੋਂ ਥੋੜੀ ਬਹੁਤ ਪੋਲਿਊਸ਼ਨ ਤੇ ਇੰਡਕਸ਼ਨ ਤੋਂ ਹੋਰ ਘੱਟ ਪੋਲੂਸ਼ਨ ਤਾਂ ਇਹ ਗੱਲਾਂ ਕੀਤੀਆਂ ਕਲੀਨ એનર્ਜੀ ਟੈਕਨੋਲੋਜੀ ਨੇ ਤੇ ਮੋਦੀ ਜੀ ਕਹਿੰਦੇ ਸਾਡੇ ਕੋਲ ਆਓ ਸਾਡੇ ਕੋਲ ਬਹੁਤ ਜ਼ਿਆਦਾ ਸਕੋਪ ਹੈ ਇਸ ਦੇ ਬਾਰੇ ਠੀਕ ਹੈ ਤਾਂ ਉਹ ਹੀ ਸਭ ਕੁਝ ਕੀ ਕੁਛ ਆਉਂਦਾ ਬ੍ਰਾਡ ਰੇਂਜ ਆਫ ਟੈਕਨੋਲੋਜੀ ਰਿਲੇਟਡ ਟੂ ਰੀਸਾਈਕਲ ਗ੍ਰੀਨ ਰੀਨਿਏਬਲ એનર્ਜੀ ਹੁਣ ਇੱਕ ਗੱਲ ਧਿਆਨ ਰੱਖਣੀ ਰੀਨਿਏਬਲ એનર્ਜੀ ਕਿਹੜੀ ਕਿਹੜੀਆਂ ਹੁੰਦੀਆਂ ਨੇ ਪੇਪਰ ਵਿੱਚ ਕਈ ਵਾਰੀ ਆ ਜਾਂਦਾ ਇਹ ਸਾਰੀਆਂ ਹੁੰਦੀਆਂ ਨੇ ਰੀਨਿਏਬਲ એનર્ਜੀ ਹਾਈਡਰੋ ਪਾਵਰ ਪਾਣੀ ਵਾਲੀ wind energy solar energy hydrogen ਤੋਂ ocean ਤੋਂ geothermal ਤੇ biomass geothermal ਕੀ ਹੁੰਦਾ ਪਤਾ ਹੈ ਕਿਸ ਨੂੰ ਆਪਣੀ ਹੰਡੀ ਛੱਡੋ ਜਿੱਦਾਂ ਮਨੀ ਕਰਨ ਸਾਹਿਬ ਨਾ ਕਸੋਲ ਦੇ ਅੱਗੇ ਜਾ ਕੇ ਤਾਂ ਤੋਂ ਆਉਟ ਦਾ ਗਰਮ ਪਾਣੀ ਉਹ ਉਹ ਤੋਂ ਵੀ એનર્ਜੀ ਪ੍ਰੋਡਿਊਸ ਕੀਤੀ ਜਾਂਦੀ ਹੈ ਤਾਂ ਜੀ ਇਹ ਸਾਰਾ ਸੀਗਾ ਤੁਹਾਡੇ ਲਈ ਠੀਕ ਹੈ ਇਹ ਸਾਰਾ ਤੁਹਾਡੇ ਲਈ ਸੀਗਾ ਜੀ 7 ਤਾਂ ਜੀ ਬਹੁਤ ਇੰਪੋਰਟੈਂਟ ਚੀਜ਼ ਹੈ ਜੀ 7 ਅੱਗੇ ਵੀ ਤੁਹਾਡੇ ਕੋਲ ਇਹੋ ਜੀ ਵੀਡੀਓ ਦੰਦਿਆ ਰਹਿਣਗੀਆਂ ਉਹਦੇ ਲਈ ਇੱਕ ਤਾਂ ਸੈਸ਼ਨ ਨੂੰ ਫੋਲੋ ਕਰ ਲਓ ਚੈਨਲ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਤੇ ਫਿਰ ਅੱਗੇ ਹੋਰ ਪੜ੍ਹਨਾ ਚਾਹੁੰਦੇ ਹੋ ਕਿਉਂਕਿ ਅੱਗੇ ਦੇਖੋ ਪੇਪਰ ਆ ਰਹੇ ਨੇ ਪੀਪੀਐਸਸੀ ਪੀ ਟ੍ਰਿਪਲ ਐਸ ਵੀ ਦੇ ਉਹਦੇ ਲਈ ਨਵੇਂ ਬੈਚ ਨੇ ਸ਼ੁਰੂ ਹੋ ਰਹੇ ਨੇ ਕਦੋਂ 7 ਜੁਲਾਈ ਤੋਂ Excise Inspector ਦਾ ਬੈਚ ਇਹ ਸੀਨੀਅਰ ਅਸਿਸਟੈਂਟ ਦਾ 8 Society Cooperative Society Inspector ਦਾ ਇਹ ਤਿੰਨੇ ਬੈਚ ਤੁਹਾਨੂੰ ਮਿਲਦੇ ਨੇ 1840 1840 1840 ਈਚ ਇੱਕ ਡਿਸਕਾਊਂਟ ਕੋਡ ਯੂਜ਼ ਕਰਕੇ Y383 ਡਿਸਕਾਊਂਟ ਕੋਡ ਯੂਜ਼ ਕਰਕੇ ਤੇ ਜੇ ਤੁਸੀਂ ਹੋਰ ਪੇਪਰਾਂ ਦੀ ਤਿਆਰੀ ਕਰ ਰਹੇ ਹੋ ਮਤਲਬ ਸਾਲ ਭਰ ਲਈ ਤੁਸੀਂ ਅੱਗੇ ਪੇਪਰ ਦੇਣੇ ਨੇ ਕੋਈ ਨਾ ਕੋਈ ਤਾਂ ਉਹਨਾਂ ਦੀ ਥਾਂ ਇੱਕ ਇੱਕ ਬੈਚ ਦੀ ਥਾਂ ਲੈਣ ਦਾ ਫਾਇਦਾ ਹੈ ਮਹਾਪੈਕ ਇੱਕ ਸਾਤ ਜਿੰਨੇ ਵੀ ਪੇਪਰ ਉਹਨਾਂ ਦੀ ਕਲਾਸ ਸੀ ਟੈਸਟ ਸੀਰੀਜ਼ ਈ-ਬੁੱਕ ਪੀਡੀਐ ਮੌਕ ਟੈਸਟ ਸਭ ਕੁਝ ਤੁਹਾਨੂੰ ਮਿਲੇਗਾ ਇੱਕ ਸਬਸਕ੍ਰਿਪਸ਼ਨ ਦੇ ਵਿੱਚ ਤੇ ਕਿੰਨੇ ਵਿੱਚ ਸਿਰਫ 3219 ਰੁਪਏ ਵਿੱਚ ਜਦੋਂ ਤੁਸੀਂ ਡਿਸਕਾਊਂਟ ਕੋਡ ਯਾ 383y383 ਐਨਰੋਲ ਕਿੱਦਾਂ ਕਰਨਾ ਇੱਕ ਵਾਰ ਐਗਜ਼ਾਮਪਲ ਦੇ ਦਿੰਦਾ ਮੈਂ ਤਾਂ ਜੀ ਓਪਨ ਕਰਨਾ ਹੈ ਤੁਸੀਂ adda247.com ਠੀਕ ਹੈ adda247.com ਓਪਨ ਕਰਨਾ ਤੇ ਜਿਹੜੇ ਵੀ ਪੇਪਰ ਦੀ ਤਿਆਰੀ ਕਰਨੀ ਹੈ ਇੱਥੇ ਪੀਟ੍ਰਪਲਐਸਬੀ ਦੇ ਸਾਰੇ ਪੇਪਰ ਪਏ ਨੇ ਫੋਰੈਸਟ ਗਾਰਡ ਐਕਸਾਈਜ਼ ਫੋਰੈਸਟ ਗਾਰਡ ਐਕਸਾਈਜ਼ ਇਨਸਪੈਕਟਰ ਕੋਆਪਰੇਟਿਵ ਬੈਂਕ ਵਗੈਰਾ ਸਭ ਕੁਝ ਪਿਆ ਇੱਥੇ ਹੁਣ ਮੈਂ ਸਰਚ ਕਰਦਾ ਫਾਰ ਇਗਜ਼ਾਮਪਲ ਪੀਪੀਐਸਸੀ ਕੱਲਾ ਵਿੱਚ ਸਰਚ ਕੀਤਾ ਤਾਂ ਪੀਪੀਐਸਸੀ ਦਾ ਇੱਕ ਇਹ ਬੈਚ ਹੈ ਸਿਰਫ ਕੱਲਾ ਜੀਕੇ ਦਾ ਕੱਲਾ ਰੀਜ਼ਨਿੰਗ ਦਾ ਤੇ ਇੱਕ ਪੂਰਾ ਬੈਚ ਹੈ ਜਿਹਦੇ ਵੀ ਰੀਜ਼ਨਿੰਗ ਤੇ ਉਹ ਇਕੱਠੇ ਹੈ ਜਿੱਥੇ ਵੀ ਤੁਸੀਂ ਕਰਨਾ ਕਰਨਾ ਕਿ ਓਪਨ ਕਰਨਾ ਹੈ ਬਾਏ ਨਾਉ ਤੇ ਆਣਾ ਹੈ ਤੇ ਇੱਧਰ ਇੱਕ ਡਿਸਕਾਊਂਟ ਕੋਡ ਭਰਨਾ ਹੈ ਡਿਸਕਾਊਂਟ ਕੋ Y3, Y383 Y383 ਇਹ ਵੇਖੋ 919 ਦਾ ਇਹਦੇ ਵਿੱਚ ਕੀ ਹੈ ਸਿਰਫ ਔਰ ਸਿਰਫ ਤੁਹਾਡੇ ਕੋਲ जीके ਤੇ கரنٹ अफेयर ਹੈ ਉਦਾਂ ਹੀ 919 ਦਾ ਇੱਕ ਹੋਰ ਲੋਗ ਹੈ ਉਹਦੇ ਵਿੱਚ ਕੱਲੀ ਰੀਜ਼ਨਿੰਗ ਹੈ ਇਹ ਅੱਡ ਅੱਡ ਬੈਚ ਇਸ ਲਈ ਬਣਾਏ ਨੇ ਕਈ ਕਹਿੰਦੇ ਸਰ ਮੇਰੀ ਰੀਜ਼ਨਿੰਗ ਵਧੀਆ ਮੈਨੂੰ जीके जीएस ਚਾਹੀਦੀ ਹੈ ਤਾਂ 에ਅ ਰ ਹੈ ਕਈ ਕਹਿੰਦੇ ਮੈਨੂੰ जीके जीएस ਚਾਹੀਦੀ ਹੈ ਮੇਰੇ ਕੋਲ ਰੀਜ਼ਨਿੰਗ ਵਧੀਆ ਤਾਂ ਉਹਨਾਂ ਲਈ 에ਅ ਰ ਹੈ ਇੱਕ ਡਿਸਕਾਊਂਟ ਕੋਡ ਹੈ ਬੇਸਿਕ ਜਿਹੜਾ ਹੁੰਦਾ ਹੈ ਉਹ ਹੈ Y383 Y383 ਠੀਕ ਹੈ ਯਾਰ ਚਲੋ ਯਾਰ ਸਤਿ ਸ਼੍ਰੀ ਅਕਾਲ 올 द बेस्ट इफ चैनल ਨੂੰ ਸਬਸਕ੍ਰਾਈਬ ਜਰੂਰ ਕਰ ਲੋ ਹੋਰ ਇੰਪੋਰਟੈਂਟ ਹੋਜੀ ਵੀਡੀਓਜ਼ ਮੈਂ ਤੁਹਾਡੇ ਲਈ ਲਿਆਉਂਦਾ ਰਹੂੰਗਾ ਸੋਰੇ 8 ਵਜੇ ਕਰੰਟ ਅਫੇਅਰ ਦੀ ਕਲਾਸ ਬਿਲਕੁਲ ਨਾ ਭੁੱਲਿਓ ਬਹੁਤ ਹੀ ਇੰਪੋਰਟੈਂਟ ਕਲਾਸ ਹੁੰਦੀ ਹੈ ਉਹਦੇ ਵਿੱਚ ਵੀ ਆਪਾਂ ਇਹੋ ਜਿਹੀ ਚੀਜ਼ਾਂ ਬਜੇਦਾਰ ਤਰੀਕੇ ਨਾਲ ਡਿਸਕਸ ਕਰਦੇ ਆ ਸਤਿ ਸ਼੍ਰੀ ਅਕਾਲ 올 द बेस्ट ਬਾਏ ਬਾਏ